आप सब नूं सत श्री अकाल। दोस्तों, पंजाब सरकार दे मुलाजमान नूं तनखा की अदायगी जिहड़ी है अजे तक नहीं हुई और बहुत सारिया अदायगियां होर भी ने जो कि हुण तक नहीं हो रही। इस पिछे क्यास ये लगाए जा रहे ने कि पंजाब दे खजाने की जो वित्तीय हालत है वह सही नहीं है। सो इस कारण पंजाब दे मुलाजमान की तनखा जिहड़ी है जबानी हुक्मां दे नाल रोक दित्ती गई है। सो इस बारे अज वीडियो दे विच गल करांगे कि इस नूं लैके पंजाब दे वित्त मंत्री हरपाल सिंह चीमा जी ने की बयान दिता है। दोस्तों, मैं दसदा कि 8 सितंबर तक पंजाब दे वख-वख विभागां दे विच तनखा दी अदायगियां ना होण करके मुलाजमान दे विच भारी रोस पाया गया ते इस दे नाल लगातार सरकार विरुद्ध नारे ते रैलियां भी कीतियां गईयां। पंजाब दे मुलाजमान दी मंग है कि उहनां नूं समें सिर जिहड़ी है तनखा दी अदायगी कीती जावे और इसे नूं लैके पंजाब दे वित्त मंत्री हरपाल सिंह चीमा जी ने अज बयान दिता है कि पंजाब दे खजाने दी वित्तीय हालत बिल्कुल ठीक है। ਉਹ ਇਸ ਕਰਕੇ ਅੱਜ 3,400 ਕਰੋੜ ਰੁਪਏ ਦਾ ਫੰਡ ਜਿਹੜਾ ਹੈ ਉਹ ਰਿਲੀਜ਼ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਜਿਸ ਵਿੱਚ 2,719 ਕਰੋੜ ਮੁਲਾਜ਼ਮਾਂ ਦੀ ਤਨਖਾਹਾਂ ਅਤੇ ਜੀ ਪੀ ਫੰਡ ਦੇ ਲਈ ਹੈ ਔਰ 600 ਕਰੋੜ ਰੁਪਇਆ ਬਤੌਰ ਸਬਸਿਡੀ ਪੀ ਐੱਸ ਪੀ ਸੀ ਐੱਲ ਨੂੰ ਅਦਾਇਗੀ ਕੀਤੀ ਗਈ ਹੈ, ਕਿਉਂਕਿ ਪੀ ਐੱਸ ਪੀ ਸੀ ਐੱਲ ਵੀ ਜਿਹੜਾ ਹੈ ਹੁਣ ਇਸ ਵਕਤ ਉਸ ਮੁਕਾਮ 'ਤੇ ਪਹੁੰਚ ਚੁੱਕਿਆ ਜਿੱਥੇ ਬਹੁਤ ਸਾਰੀਆਂ ਸਬਸਿਡੀਆਂ ਜਿਹੜੀਆਂ ਨੇ ਉਹ ਆਪਣੇ ਖਪਤਕਾਰਾਂ ਨੂੰ ਦੇ ਰਿਹਾ। ਚਾਹੇ ਉਹ ਖੇਤੀਬਾੜੀ ਮੋਟਰਾਂ ਦੀ ਗੱਲ ਕੀਤੀ ਜਾਵੇ, ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਦੀ ਮਾਫੀ ਦੀ ਗੱਲ ਕੀਤੀ ਜਾਵੇ। ਸੋ ਪੀ ਐੱਸ ਪੀ ਸੀ ਐੱਲ ਵੀ ਸਾਲਾਨਾ ਬਹੁਤ ਵੱਡੀ ਰਕਮ ਬਤੌਰ ਸਬਸਿਡੀ ਦੇ ਰਿਹਾ, ਜਿਸ ਦੀ ਅਦਾਇਗੀ ਪੰਜਾਬ ਸਰਕਾਰ ਨੇ ਪੀ ਐੱਸ ਪੀ ਸੀ ਐੱਲ ਨੂੰ ਕਰਨੀ ਹੁੰਦੀ ਹੈ। ਸੋ ਇਸ ਦੇ ਲਈ 600 ਕਰੋੜ ਰੁਪਏ ਬਤੌਰ ਸਬਸਿਡੀ ਦੀ ਅਦਾਇਗੀ ਪੰਜਾਬ ਸਰਕਾਰ ਨੇ ਫੰਡ ਰਿਲੀਜ਼ ਕੀਤਾ ਪੀ ਐੱਸ ਪੀ ਸੀ ਐੱਲ ਨੂੰ। ਇਸ ਤੋਂ ਇਲਾਵਾ ਮਾਰਕ ਫੈੱਡ ਨੂੰ ਵੀ 75 ਕਰੋੜ ਰੁਪਏ ਦੀ ਅਦਾਇਗੀ ਜਿਹੜੀ ਹੈ ਉਹ ਸਰਕਾਰ ਵੱਲੋਂ ਕੀਤੀ ਗਈ ਹੈ ਔਰ ਇਸ ਦੇ ਉੱਪਰ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਭਵਿੱਖ ਦੇ ਵਿੱਚ ਹੋਰ ਵੀ ਬਾਕੀ ਸਾਰੀਆਂ ਅਦਾਇਗੀਆਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਇਸ ਦੀ ਅਦਾਇਗੀ, ਚਾਹੇ ਉਹ ਤਨਖਾਹ ਦੀ ਗੱਲ ਕੀਤੀ ਜਾਵੇ, ਜੀ ਪੀ ਫੰਡ ਦੀ ਅਦਾਇਗੀ ਦੀ ਗੱਲ ਕੀਤੀ ਜਾਵੇ, ਉਹ ਸ਼ਾਮ ਤੱਕ ਕੀਤੀ ਜਾ ਚੁੱਕੀ ਹੈ। ਯਾਨੀ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਜਿਹੜੀ ਦੇਰੀ ਹੋਈ ਹੈ ਉਸ ਦਾ ਕਾਰਨ ਜਿਹੜਾ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਕਿ ਖਜ਼ਾਨੇ ਦੀ ਹਾਲਤ ਜਿਹੜੀ ਬਿਲਕੁਲ ਠੀਕ ਹੈ ਔਰ ਤਨਖਾਹ ਦੀ ਅਦਾਇਗੀ ਕਰ ਦਿੱਤੀ ਗਈ ਹੈ। ਮੈਂ ਦੋਸਤੋ ਦੱਸਦਾ ਕਿ ਪੰਜਾਬ ਦੇ ਮੁਲਾਜ਼ਮ ਲਗਾਤਾਰ ਇਸ ਚੀਜ਼ ਦੀ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਮਹੀਨਾਵਾਰ ਜਿਹੜੀ ਤਨਖਾਹ ਦੀ ਅਦਾਇਗੀ ਹੈ ਉਹ ਸਮੇਂ ਸਿਰ ਕੀਤੀ ਜਾਵੇ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਹੋਰ ਵੀ ਕਈ ਮੰਗਾਂ ਨੇ ਪਰ ਪਹਿਲੀ ਮੰਗ ਜਿਹੜੀ ਉਹਨਾਂ ਦੀ ਇਹੀ ਹੈ ਕਿ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਮੇਂ ਸਿਰ ਤਨਖਾਹ ਪੈਨਸ਼ਨ ਦੀ ਅਦਾਇਗੀ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇ। ਸੋ ਇਸ ਨੂੰ ਲੈ ਕੇ ਹੁਣ ਵਿੱਤ ਮੰਤਰੀ ਸਾਹਿਬ ਨੇ 3,400 ਕਰੋੜ ਰੁਪਏ ਜਿਹੜੇ ਨੇ ਫੰਡ ਰਿਲੀਜ਼ ਕੀਤੇ ਨੇ ਮੁਲਾਜ਼ਮਾਂ ਦੇ ਲਈ, ਉਹਨਾਂ ਦੀ ਤਨਖਾਹਾਂ ਦੇ ਲਈ, ਜੀ ਪੀ ਫੰਡ ਦੀ ਅਦਾਇਗੀਆਂ ਦੇ ਲਈ ਹੋਰ ਵੱਖ-ਵੱਖ ਮਹਿਕਮਿਆਂ ਦੇ ਵਿੱਚੋਂ ਸਬਸਿਡੀਆਂ ਦੀ ਅਦਾਇਗੀ ਹੈ ਉਸ ਨੂੰ ਵੀ ਜਿਹੜਾ ਹੈ ਪੂਰਾ ਕਰ ਦਿੱਤਾ ਗਿਆ ਤਾਂ ਜੋ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਹੋਈ ਦੇਰੀ ਜਿਹੜੀ ਹੈ ਉਹ ਭਵਿੱਖ ਦੇ ਵਿੱਚ ਨਾ ਹੋਵੇ। ਸੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਅਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸਾਡੇ ਚੈਨਲ 'ਤੇ ਆ ਰਹੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਵੀ ਜ਼ਰੂਰ ਦੱਬ ਦਿਓ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ, ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।